प्यारे विद्यार्थियों आज हम जी جماعت तीसरी दा पाठ सत्ववा सूरज परण जा रहे है जो कि एक कविता है बच्चों इस कविता विच सूरज दा महत्व दर्शाया गया है ते किस तरह सूरज दे निकला नाल ही सवेर दे नजारे गुजरें महत्वपूर्ण ते सुंदर नजारे हन उना दा वर्णन किता गया है इस विच असि ਕਵਿਤਾ ਵਿੱਚ ਜਿਹੜੇ ਕਵੀ ਦੇ ਕੁਝ ਜਿਹੜੇ ਮਹੱਤਵਪੂਰਨ ਸੰਦੇਸ਼ ਚੜੇ ਹਨ ਉਸ ਬਾਰੇ ਵੀ জানਾਂਗੇ ਆਓ ਇਸ ਕਵਿਤਾ ਨੂੰ ਪੜ੍ਹਦੇ ਹਾਂ ਤੇ ਇਸ ਵਿੱਚ ਦਿੱਤੀ ਹੋਈ ਮਹੱਤਵਪੂਰਨ ਜਾਣਕਾਰੀ ਨੂੰ ਜਾਣਦੇ ਹਾਂ ਸੂਰਜ ਹੈ ਚੜ ਰਿਹਾ ਲੋ ਹੈ ਕਰ ਰਿਹਾ ਹਨੇਰਾ ਸਾਰਾ ਪਜਿਆ ਆਕਾਸ਼ ਸਾਰਾ ਸੱਚਿਆ ਬੱਚੇ ਸੂਰੇ ਦੀ ਚੜਨਾ ਜਿਹੜੀ ਰੋਸ਼ਨੀ ਹੈ ਚਾਰੇ ਪਾਸੇ ਫੈਲ ਜਾਂਦੀ ਹੈ ਹਨੇਰਾ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਸਭ ਨੂੰ ਪਤਾ ਹੈ ਇਸ ਤੋਂ ਇਲਾਵਾ ਜਿਹੜਾ ਆਕਾਸ਼ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਸਜ ਸਜ ਗਿਆ ਹੈ ਰੁੱਖ ਸਾਰੇ ਟਹਿਕ ਪਏ ਫੁੱਲ ਸਾਰੇ ਮਹਿਕ ਪਏ ਪਸ਼ੂ ਪੰਛੀ ਜਾਨਤ ਪਏ ਬਾਲ ਬੱਚੇ ਜਾਨਤ ਪਏ ਜਦੋਂ ਸੂਰਜ ਚੜਦਾ ਹੈ ਤਾਂ ਜਿਹੜੇ ਰੁੱਖ ਹਨ ਉਹ ਟਹਿਕ ਪੈਂਦੇ ਹਨ ਟਹਿਕ ਪੈਂਦੇ ਦਾ ਮਤਲਬ ਹੁੰਦਾ ਹੈ ਖੁਸ਼ ਹੋ ਜਾਣਾ ਤੇ ਜਿਹੜੇ ਫੁੱਲ ਹਨ ਉਹ ਮਹਿਕ ਜਾਂਦੇ ਹਨ ਠੀਕ ਹੈ ਜਿਵੇਂ ਮਹਿਕ ਦਾ ਮਤਲਬ ਹੁੰਦਾ ਹੈ ਸਾਰੇ ਪਾਸੇ ਖੁਸ਼ਬੂ ਫੈਲਾਉਣਾ ਪਸ਼ੂ ਪੰਛੀ ਸੂਰਜ ਨਿਕਲਣ ਦੇ ਨਾਲ ਹੀ ਆਪਣੇ ਰੋਜ਼ ਦੀ ਕੰਮਾਂ ਦੀ ਤਰ੍ਹਾਂ ਜਾਗ ਪੈਂਦੇ ਹਨ ਅਤੇ ਉਹਨਾਂ ਦੇ ਬਾਲ ਬੱਚੇ ਵੀ ਨਾਲ ਦੇ ਨਾਲ ਹੀ ਜਾਗ ਪੈਂਦੇ ਹਨ ਸੂਰਜੇ ਆ ਰਿਹਾ ਚਾਨਣ ਲਿਆ ਰਿਹਾ ਕਰ ਲਿਸ਼ਕਾਰਿਆ ਸਭ ਨੂੰ ਜਗਾ ਰਿਹਾ ਸੂਰਜ ਜਦੋਂ ਆਂਦਾ ਹੈ ਤਾਂ ਉਹ ਹਰ ਪਾਸੇ ਚਾਨਣ ਫੈਲਾਉਂਦਾ ਹੈ ਕਰ ਰਿਸ਼ਕਾਰ ਦਿੰਦਾ ਹੈ ਰੋਸ਼ਨੀ ਹੋ ਜਾਂਦੀ ਹੈ ਤੇ ਸਭ ਨੂੰ ਜਗਾ ਦਿੰਦਾ ਹੈ ਕਿੰਨਾ ਹਨ ਨੱਚਦੀਆਂ ਕਲੀਆਂ ਹਨ ਹੱਸਦੀਆਂ ਪੰਛੀ ਹਨ ਗਾ ਰਹੇ ਉਡਾਰੀ ਲੰਬੀ ਲਾਰੇ ਜਦੋਂ ਜਦੋਂ ਸੂਰਜ ਨਿਕਲਦਾ ਤਾਂ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਿੰਨਾ ਨੱਚਦੀਆਂ ਹੋਣ ਕਲੀਆਂ ਹੱਸਦੀਆਂ ਹੋਣ ਅਤੇ ਪੰਛੀ ਜਿਹੜੇ ਹਨ ਉਹ ਸੂਰਜ ਦੇ ਨਿਕਲਣ ਨਾਲ ਗੀਤ ਗੁੰਗੁਨਾਉਂਦੇ ਨਜ਼ਰ ਆਉਂਦੇ ਹਨ ਅਤੇ ਉਡਾਰੀ ਵੀ ਲੰਬੀ ਲੰਬੀ ਉਡਾਰੀ ਵੀ ਲਾਉਣ ਲੱਗ ਪੈਂਦੇ ਹਨ ਇਸ ਤੋਂ ਬਾਅਦ ਕਵੀ ਜਿਹੜਾ ਹੈ ਉਹ ਕਵਿਤਾ ਵਿੱਚ ਆਏ ਹੋਏ ਮੱਤਵਪੂਰਨ ਸੰਦੇਸ਼ ਨੂੰ ਪਾਠਕਾਂ ਤੱਕ ਪਹੁੰਚਾ ਰਿਹਾ ਹੈ ਅਤੇ ਬੱਚਿਆਂ ਨੂੰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਵੇਰੇ ਉੱਠ ਕੇ ਕੀ ਕੀ ਕਰਨਾ ਚਾਹੀਦਾ ਹੈ ਉਹ ਬੱਚਿਆਂ ਨੂੰ ਕਹਿ ਰਿਹਾ ਹੈ ਉਠ ਇਸ਼ਨਾਨ ਕਰ ਸਭ ਨੂੰ ਪ੍ਰਣਾਮ ਕਰ ਦੁੱਧ ਪੀ ਤੇ ਖਾ ਫਲ ਚਲਿਏ ਸਕੂਲ ਵੱਲ ਇਸ ਤਰ੍ਹਾਂ ਉਹ ਬੱਚਿਆਂ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਭ ਨੂੰ ਪ੍ਰਣਾਮ ਕਰਕੇ ਦੁੱਧ ਪੀਣ ਫਲ ਖਾਣ ਅਤੇ ਫਿਰ ਸਕੂਲ ਵੱਲ ਜਾਣ ਲਈ ਕਹਿੰਦਾ ਹੈ ਸੂਰਜ ਹੈ ਚੜ ਰਿਹਾ ਲੋਹ ਹੈ ਕਰ ਰਹਾ ਸੂਰਜ ਹੈ ਆ ਰਹਾ ਚਾਨਣ ਲਿਆ ਲਿਆ ਰਹਾ ਇਸ ਤਰ੍ਹਾਂ ਜੇ ਸੂਰਜ ਹੈ ਉਚੜ ਰਿਹਾ ਹੈ ਤਾਂ ਚਾਰੇ ਪਾਸੇ ਉਹ ਰੋਸ਼ਨੀ ਕਰ ਰਿਹਾ ਹੈ ਇਸ ਤਰ੍ਹਾਂ ਜੇ ਸੂਰਜ ਹੈ ਜਦੋਂ ਵੀ ਆਂਦਾ ਹੈ ਚਾਰੇ ਪਾਸੇ ਚਾਨਣ ਫੈਲ ਜਾਂਦਾ ਹੈ ਇਸ ਤਰ੍ਹਾਂ ਬੱਚੇ ਸੂਰਜ ਦਾ ਮਹੱਤਵ ਦੱਸਾਇਆ ਗਿਆ ਹੈ ਕਿ ਸੂਰੇ ਦੇ ਮਤਲਬ ਦੇ ਨਾਲ ਦੇ ਨਾਲ ਹੀ ਸੂਰੇ ਦੇ ਨਿਕਲਣ ਦੇ ਨਾਲ ਨਾਲ ਹੀ ਕਿੰਨੇ ਸਾਰੇ ਕੰਮ ਜੜੇ ਹਨ ਉਹ ਸੰਪੂਰਨ ਹੋ ਜਾਂਦੇ ਹਨ ਤਾਂ ਇਸ ਤਰ੍ਹਾਂ ਜਿਹੜਾ ਕੁਦਰਤ ਹੈ ਉਸ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਮੈਨੂੰ ਆਸ ਹੈ ਬੱਚੋ ਤੁਹਾਨੂੰ ਇਹ ਪਾਠ ਜਿਹੜਾ ਸਮਝ ਆਇਆ ਹੋਵੇਗਾ ਤੁਸੀਂ ਇਸ ਕਵਿਤਾ ਵਿੱਚ ਆਏ ਹੋਏ ਜਿੰਨੇ ਵੀ ਅਭਿਆਸ ਹਨ ਉਹ ਤੁਸੀਂ ਆਪਣੀ ਪੁਸਤਕਾਂ ਤੇ ਕਰਨੇ ਹਨ ਧੰਨਵਾਦ